हेलो एवरीवन, आज आपां रीड करांगे पाठ भी मेहनत दा मुल। ईश्वर चंद्र विद्यासागर साडे देश दे उंगे विद्वान होए सन। एक बार ईश्वर चंद्र विद्यासागर बाजार विच्चों लंघ रहे सन। ओ एक मंगती दी आवाज़ सुन के रुक गए। मंगता एक छोटी जिही उम्र दा मुंडा सी। उन्हां ने मुंडे वल गहू नाल तकिया। मुंडे दे नैन प्रांत सबुते सन पर शरीर दा बड़ा कमज़ोर सी। विद्यासागर जी नू ए समझत्या देर न लगी कि ओ मुंडा सचमुच ही बहुत गरीब है। ਉਹਨਾਂ ਨੂੰ ਆਪਣੇ ਵੱਲ ਵੇਖਦਿਆਂ ਤੱਕ ਕੇ ਮੁੰਡੇ ਨੇ ਤਰਲਾ ਭਰ ਕੇ ਆਖਿਆ, ਬਾਬੂ ਜੀ ਇੱਕ ਪੈਸਾ, ਮੈਂ 2 ਦਿਨਾਂ ਤੋਂ ਕੁਛ ਨਹੀਂ ਖਾਇਆ। ਜੇ ਭਲਾ ਮੈਂ ਤੈਨੂੰ 2 ਪੈਸੇ ਦੇ ਦਿਆਂ ਤਾਂ ਉਹਨਾਂ ਦਾ ਕੀ ਕਰੇਗਾ? ਵਿਦਿਆਸਾਗਰ ਜੀ ਨੇ ਪੁੱਛਿਆ। ਮੁੰਡੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸ ਨੇ ਕਿਹਾ, ਬਹੁਤ ਮਿਹਰਬਾਨੀ ਹੋਵੇਗੀ ਬਾਬੂ ਜੀ, ਘਰ ਮੇਰੀ ਮਾਂ ਵੀ ਭੁੱਕੀ ਹੈ। ਅਸੀਂ 2 ਆਨਿਆਂ ਦੇ ਚੌਲ ਲੈ ਕੇ ਰਿਨ ਲਵਾਂਗੇ। ਜੀ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ? ਫਿਰ ਵਿਦਿਆਸਾਗਰ ਜੀ ਨੇ ਪੁੱਛਿਆ। ਫਿਰ ਕਾਲੂ ਵੀ ਖਾਣ ਨੂੰ ਮਿਲ ਜਾਵੇਗਾ, ਮੁੰਡੇ ਨੇ ਕਿਹਾ। ਜੇ 8 ਆਨੇ? ਵਿਦਿਆਸਾਗਰ ਜੀ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੁੰਡਾ ਕੁਛ ਚੁੱਪ ਜਿਹਾ ਹੋ ਗਿਆ। ਉਹ ਸ਼ਾਇਦ ਇਹ ਸੋਚਣ ਲੱਗ ਪਿਆ ਕਿ ਇਹ ਆਦਮੀ ਉਸ ਨਾਲ ਮਖੌਲ ਕਰ ਰਿਹਾ ਹੈ। 8 ਆਨੇ ਕੀ ਦੇਵੇਗਾ? ਉਸ ਨੂੰ ਤਾਂ 1 ਪੈਸਾ ਵੀ ਡਾਦੀ ਮੁਸ਼ਕਲ ਨਾਲ ਮਿਲਦਾ ਹੈ। ਉਸ ਦੇ ਚੁੱਪ ਹੋਣ ਉੱਤੇ ਵਿਦਿਆਸਾਗਰ ਜੀ ਵੀ ਸਮਝ ਗਏ ਕਿ ਭਿਖਾਰੀ ਮੁੰਡਾ ਇਸ ਵੇਲੇ ਕੀ ਸੋਚ ਰਿਹਾ ਹੈ। 1 ਮਿੰਟ ਲਈ ਚੁੱਪ ਰਹਿ ਕੇ ਬੋਲੇ, ਦੱਸ ਨਾ ਕੀ ਕਰੇਗਾ 8 ਆਨਿਆਂ ਦਾ? ਮੁੰਡਾ ਜ਼ਰਾ ਖਿੱਚ ਗਿਆ, ਕਹਿਣ ਲੱਗਾ, ਬਾਬੂ ਜੀ ਕਿਉਂ ਮਖੌਲ ਕਰਦੇ ਹੋ? ਜੇ ਮੈਨੂੰ ਗਰੀਬ ਨੂੰ ਕੁਛ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉੜਾਓ। ਵਿਦਿਆਸਾਗਰ ਜੀ ਨੇ ਉਸ ਮੁੰਡੇ ਬਾਰੇ ਜੋ ਸੋਚਿਆ ਸੀ ਉਹ ਠੀਕ ਨਿਕਲਿਆ। ਉਹਨਾਂ ਬੜੇ ਠਹਿਰਮੇ ਨਾਲ ਕਿਹਾ, ਮੈਂ ਤੈਨੂੰ ਮਖੌਲ ਨਹੀਂ ਕਰਦਾ ਪੁੱਤਰ, ਮੈਂ ਸੱਚਮੁੱਚ ਤੈਨੂੰ 8 ਆਨੇ ਨਹੀਂ ਸਗੋਂ 1 ਰੁਪਿਆ ਦਿਆਂਗਾ। ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਉਸ ਰੁਪਏ ਦਾ ਕੀ ਕਰੇਗਾ? ਉਸ ਰੁਪਏ ਦਾ? ਮੁੰਡੇ ਨੇ ਕੁਝ ਹਿਚਕਦੀਆਂ ਕਿਹਾ। ਉਹ ਰੁਪਏ ਦਾ? ਉਸ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦੇਵਾਂਗਾ। ਉਹ ਇਹਨਾਂ ਦੇ ਚੌਲ ਲੈ ਆਵੇਗੀ। ਉਹਨਾਂ ਚੌਲ ਨਾਲ ਸਾਡੇ 4 ਦਿਨ ਨਿਕਲ ਜਾਣਗੇ। ਬਾਕੀ 8 ਆਨਿਆਂ ਦੀ ਮੂੰਗਫਲੀ ਲੈ ਕੇ ਮੈਂ ਛਾਬੜੀ ਲਾ ਲਵਾਂਗਾ। ਉਸ ਵਿੱਚੋਂ ਜੋ ਮੁਨਾਫਾ ਹੋਵੇਗਾ ਉਸ ਦੀ ਹੋਰ ਮੂੰਗਫਲੀ ਲੈ ਕੇ ਵੇਚਾਂਗਾ। ਇਹ ਸਾਡਾ ਗੁਜ਼ਾਰਾ ਚੱਲਣ ਲੱਗ ਜਾਵੇਗਾ। ਵਿਦਿਆਸਾਗਰ ਜੀ ਉਸ ਮੁੰਡੇ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਆਪਣੀ ਜੇਬ ਵਿੱਚੋਂ 1 ਰੁਪਿਆ ਕੱਢ ਕੇ ਉਸ ਮੁੰਡੇ ਦੇ ਹੱਥ ਫੜਾਇਆ ਅਤੇ ਉਸ ਦਾ ਮੋਢਾ ਥੱਪੜਦਿਆਂ ਕਿਹਾ, ਮੇਰੇ ਚੰਗੇ ਪੁੱਤਰ, ਇਵੇਂ ਹੀ ਕਰੀ ਜਿਵੇਂ ਤੂੰ ਕਿਹਾ ਹੈ। ਇਹ ਕਹਿ ਕੇ ਉਹ ਅਗਾਹ ਚਲੇ ਗਏ। ਇਸ ਦੇ ਕਈ 10 ਬਰੇ ਬਾਅਦ ਵਿਦਿਆਸਾਗਰ ਜੀ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸਨ। ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀ ਹੱਥ ਲਾਏ। ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ। ਵਿਦਿਆਸਾਗਰ ਜੀ ਉਸ ਨੂੰ ਪਹਿਚਾਣ ਨਾ ਸਕੇ। ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ, ਬਾਬੂ ਜੀ ਮਿਹਰਬਾਨੀ ਕਰਕੇ ਜ਼ਰਾ 1 ਮਿੰਟ ਲਈ ਮੇਰੇ ਨਾਲ ਆਓ। ਉਹ ਇਹ ਕਹਿ ਕੇ ਸਾਹਮਣੀ ਦੁਕਾਨ ਵੱਲ ਵਧਿਆ। ਵਿਦਿਆਸਾਗਰ ਜੀ ਵੀ ਉਸ ਦੇ ਪਿੱਛੇ ਪਿੱਛੇ ਤੁਰ ਪਏ। ਦੁਕਾਨ ਅੰਦਰ ਜਾ ਕੇ ਉਸ ਨੌਜਵਾਨ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਿਠਾਉਂਦਿਆਂ ਕਿਹਾ, ਬਾਬੂ ਜੀ ਪਛਾਣਿਆ ਨਹੀਂ ਮੈਨੂੰ? ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਸੀਂ 1 ਰੁਪਿਆ ਦਿੱਤਾ ਸੀ। ਹੁਣ ਇਹ ਦੁਕਾਨ ਮੇਰੀ ਹੈ। ਵਿਦਿਆਸਾਗਰ ਜੀ ਸਾਰੀ ਗੱਲ ਸਮਝ ਗਏ। ਇਸ ਵੇਲੇ ਉਹਨਾਂ ਦੇ ਚਿਹਰੇ 'ਤੇ ਅਣਕਹੀ ਖੁਸ਼ੀ ਸੀ। ਚਾਹ ਪਾਣੀ ਪਿਆਉਣ ਪਿੱਛੇ ਉਸ ਨੌਜਵਾਨ ਨੇ ਉਹਨਾਂ ਨੂੰ 1,000 ਰੁਪਿਆ ਭੇਟ ਕਰਨਾ ਚਾਹਿਆ। ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, ਮੇਰੇ ਚੰਗੇ ਪੁੱਤਰ ਇਹ ਰੁਪਏ ਤੂੰ ਆਪਣੇ ਕੋਲ ਰੱਖ, ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨੀ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ ਉਹ ਨਿਭਾਇਆ ਹੈ। ਇਹ ਦੁਕਾਨ, ਇਹ ਰੁਪਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ। ਸੱਚਮੁੱਚ ਇਹੋ ਜਿਹੇ ਨੇਕ ਦਿਲ ਸਾਦਾ ਅਤੇ ਵਿਦਵਾਨ ਇਨਸਾਨਾਂ ਕਰਕੇ ਹੀ ਭਾਰਤ ਦਾ ਨਾਂ ਸਾਰੀ ਦੁਨੀਆ ਵਿੱਚ ਸਦਾ ਸਦਾ ਲਈ ਰੋਸ਼ਨ ਰਹੇਗਾ।
थैंक यू वेरी मच एवरीवन।